150 72 रुपये ਤੇ ਬਾਈ ਨੇ ਲਿਖ ਰੱਖਿਆ ਰੇਟ 65 ਰੁਪਏ ਹੋਲਸੇਲ ਕੈਸ਼ ਦਾ ਕੰਮ ਆ ਤੇ ਨਗਦਾਂ ਦਾ ਕੰਮ ਆ ਬਾਈ ਦਾ ਨਏ ਪਰਚੂਨ ਦੇ ਵਿੱਚ ਕੱਲੀ ਕੱਲੀ ਚੀਜ਼ ਦੇ ਰਿਹਾ ਜੱਟਾਂ ਦਾ ਪੁੱਤਾ ਭਰਾਵੋ ਸਿੱਧੀ ਸਾਦੀ ਚੀਜ਼ ਇਹਦੇ 620 ਰੁਪਏ ਪ੍ਰਿੰਟ ਆ ਹਾਂ ਬਾਈ ਠੀਕ ਹੈ ਆਪਾਂ ਦਿੰਦੇ 400 ਕਿੰਨੇ ਦਾ 620 ਰੁਪਏ ਪ੍ਰਿੰਟ 400 ਦਿੰਦੇ ਤੇ ਤੁਸੀਂ ਦੇ ਰਹੇ ਹੋ 400 ਦਾ ਤੇ ਐਂ ਤਾਂ ਨਹੀਂ ਹੈਗਾ ਕਿਤੇ ਕਈ ਵਾਰ ਅਗਲਾ ਕਹਦੇ ਵੀ ਯਾਰ ਵੀ ਪ੍ਰਿੰਟਿੰਗ ਕਰਦੇ ਵੀ ਨਕਲੀ ਹੈ ਜਿਹੜਾ ਆਪਾਂ ਆਪ ਪੈਕ ਕਰਦੇ ਆ ਬਾਈ ਆਪਣੇ ਤਾਂ ਆਉਂਦਾ ਮਾਲ ਦੇਖ ਲਓ ਭਰਾਵੋ ਘਿਓ ਤੇ ਪ੍ਰਿੰਟ ਹੈਗਾ 620 ਰੁਪਏ ਕਮਾਲ ਦੀ ਗੱਲ ਆ ਬਾਈ ਯਾਰ ਦੇ ਰਿਹਾ ਤੂੰ 400 ਰੁਪਏ ਹੈ ਤਾਂ ਜਮਾ ਕੈਸ਼ ਹੀ ਹੈਗਾ ਹਾਂ ਕੈਸ਼ ਬਾਈ ਜਿਵੇਂ ਟਾਈਡ ਆ ਗਿਆ ਬਾਈ ਟਾਈਡ ਆ ਗਿਆ ਹਾਂ ਬਾਈ 112 ਇਹਦਾ ਪ੍ਰਿੰਟ ਦੇਖ ਲੈ ਕਿੰਨਾ ਤੇ ਇਹਦੇ ਪ੍ਰਿੰਟ ਦੇਖ ਕਿੰਨਾ ਹੈਗਾ 122 ਆ ਬਾਈ ਮਤਲਬ ਇਹ ਤੇ ਪ੍ਰਿੰਟ ਆ 122 ਹਾਂ ਨਹੀਂ ਇਹ ਜੇ ਸਰਫ ਸੁਰਫ ਵਾਲਾ ਉਹਦੀ ਦਿੰਦਾਗਾ ਬਾਈ ਚੱਕਦਾ ਹੈ ਨਾ ਚੱਕਦਾ ਚੱਕਦਾ 100 ਤੁਸੀਂ 12 ਦਾ ਹਾਂ 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 ਬਾਈ ਭਰਾਵੋ ਚਾਹਾਂ ਵਾਲੀ ਗੱਲ ਹੋ ਗਈ ਆ ਟਾਟਾ ਗੋਲਡ ਆ ਗਈ ਹਾਂ ਇਹਦੇ ਰੇਟ ਕਿੰਨਾਗਾ ਹੌਲੀ ਹੌਲੀ ਰੱਖਿਆ ਕਰ ਇੱਕ ਮਿੰਟ ਇੱਕ ਨਾ ਥੋੜ੍ਹਾ ਉਹ ਕਰਕੇ 470 ਹਾਂ ਆਪਾਂ ਦਿੰਦੇ ਹਾਂ ਵੀ 390 ਤੁਸੀਂ 390 ਸਾਢੇ ਸੱਤ ਮਤਲਬ ਇਹ ਤੁਸੀਂ 390 ਤੇ ਵੇਚ ਕੇ ਵੀ ਤੁਹਾਨੂੰ 5-10 ਰੁਪਏ ਬਚਦੇ ਦਾ ਹੈਗੇ ਹਾਂ ਹਾਂ ਬਈ ਰਾਮ ਹੈ ਤੇਰਾ ਮਨ ਤਾਂ ਖੁਸ਼ ਹੈਗਾ ਐਂ ਤਾਂ ਨਹੀਂ ਹੈਗਾ ਵੀ ਕੱਲ ਨੂੰ ਬੁੜੇ ਵਾਲੀ ਤਨਖਾਹ ਵਿੱਚ ਪਾ ਪਾ ਦੇਈ ਜਾਵੇ ਕਈ ਵਾਰ ਇਹ ਵੀ ਗੱਲ ਹੋ ਜਾਂਦੀ ਹੈ ਅਗਲਾ ਕਹਿੰਦਾ ਵੀ ਆਖਿਆ ਪੂਰਾ ਤੇ ਹੁਣ ਆਹ ਆ ਚਾਹ ਆ ਗਈ ਬਈ ਹਾਂ 400 ਟਾਟਾ ਪ੍ਰੀਮੀਅਮ ਹਾਂ ਠੀਕ ਹੈ ਰੇਟ ਕਿੰਨਾ ਦਾ 510 510 ਇਹਦਾ ਪ੍ਰਾਈਸ ਲਿਖਿਆ ਪਿਆ ਕਿੰਨਾ ਅੱਧੀ ਕਿਲੋ ਹੈ ਹਾਂ ਕਿਲੋ ਵੀਰੇ ਕਿਲੋ ਆ ਪੂਰੀ ਹੈਨਾ ਤੇ ਤੁਸੀਂ 420 ਮਤਲਬ ਟਾਟਾ ਵਰਗੀ ਚਾਹ ਅਗਲਾ ਕਹਿੰਦਾ ਵੀ ਯਾਰ 510 ਹਾਂ ਬਈ ਇੱਕ ਗੱਲ ਤੈਨੂੰ ਹੋਰ ਦੱਸ ਦੇਣਾ 420 ਦੀ ਪਹਿਲਾਂ ਮੇਰੇ ਟਾਟਾ ਹੀ ਟਾਟਾ ਜਿਹੜੀ ਅਗਨੀ ਚਾਹ ਚੱਲਦੀ ਹੈ ਹੁਣ ਤੈਨੂੰ 200 ਦੀ ਮਿਲਦੀ ਆ ਮਨ 200 ਉੱਤੇ ਦਿੰਦਾ ਆਪਾਂ 185 ਤੋਂ ਲੈ ਕੇ 190 ਦੀ ਵੇਚੇ ਮੂਹਰੇ ਹੁਣ ਮਾਲ ਨਹੀਂ ਜਾ ਰਿਹਾ 185-90 ਤੱਕ ਵਿੱਚ 200 ਦੀ ਵਿਕਦੀ ਆ ਮਤਲਬ ਪ੍ਰਿੰਟਾ 510 ਰੁਪਏ ਪ੍ਰਿੰਟਾ ਹਾਂ ਆਪਾਂ 450 ਹੀ ਦਿੰਦੇ ਆ ਰੈੱਡ ਲੇਵਲ ਖੜੇ ਰੈੱਡ ਲੇਵਲ ਚਾਹ ਭਰਾਵੋ ਜਿਹਦੀ ਟੈਲੀਵਿਜ਼ਨ 'ਚ ਮਸ਼ਹੂਰੀ ਆਉਂਦੀ ਹੁੰਦੀ ਹੈ 510 ਪ੍ਰਿੰਟ ਆ ਤੇ ਤੁਸੀਂ 450 ਦੇਖਤਾ ਤਾਂ ਕਿੰਨਾ ਕੁ ਫਰਕ ਹੈਗਾ ਮੈਨੂੰ ਮਾੜਾ ਉਹ ਵੀ ਦੱਸ ਤਾਂ ਜਿਹੜੇ ਆਪਣੇ ਮੁੰਡੇ ਨੇ ਉਹਨਾਂ ਦੇ ਖੋਪੜ ਖੋਲਣ ਇੱਕ ਪਾਸੇ 10-10, 20-20 ਕਿੱਲੇ ਵਾਲੇ ਜ਼ਿਮੀਂਦਾਰ ਨੇ ਜਿਨ੍ਹਾਂ ਤੋਂ ਮੇਰੇ ਨਾਲ ਪਿੰਡ 'ਚ ਬਿਸਵਾਣੀ ਬਣਿਆ ਬਾਕੀ ਹੋਰ ਦੱਸਦਾ ਬਾਈ ਤੈਨੂੰ ਮੈਂ ਅਗਲਾ ਕਹਿੰਦਾ ਵੀ ਯਾਰ ਫਲਾਨਾ ਬਾਣੀਆਂ ਤੀ ਵੀ ਬਿਸਵੇ ਵੀ ਬਿਸਵੇ 'ਚ ਵੀ ਨਹੀਂ ਦੁਕਾਨ ਹੋਣੀ ਵੀ ਅੱਧਾ ਬਿਸਵਾ ਦੁਕਾਨ 'ਚੋਂ ਹਨਾ ਵੀ ਫਲਾਨੇ ਇੱਥੋਂ ਕਲੋਨੀ 'ਚ ਕੋਠੀ ਲੈ ਗਿਆ ਅੱਛਾ ਵੀ ਐਵੇਂ ਜਾਵਾਂਗੇ ਕਿਤੇ ਭਾਂਡੇ ਮਾਂਜਾਂਗੇ ਬਾਈ ਕੁਛ ਹੋਰ ਕਰਾਂਗੇ ਉਹਦਾ ਉਹਦੇ ਸਰਦਾ ਤਾਂ ਕਰਕੇ ਵੀ 20 ਲੱਖ ਉੱਧਰ ਲਾਉਣ ਆਪਾਂ ਇੱਧਰ ਲਾਤਾ ਇਹ ਫਿਰ ਤੁਹਾਡੇ ਮਨ 'ਚ ਨਹੀਂ ਕਦੇ ਖਿਆਲ ਆਇਆ ਵੀ ਯਾਰ ਵੀ ਮੈਂ ਵੀ ਅਮਰੀਕਾ ਅਮਰੂਕਾ ਨੂੰ ਵਗ ਜਾਂ ਕਿਤੇ ਬਾਈ ਆਇਆ ਤੀ ਅੱਛਾ ਵਿਆਹ ਵੀ ਕਰਕੇ ਤੋਰ ਦਿੱਤੀ ਬਾਹਰ ਨੂੰ ਅੱਛਾ ਐਂ ਯਾਰ ਕਿਸੇ ਦੀ ਗੁਲਾਮੀ ਕਰਨੋਂ ਉਹੀ ਪੈਸਾ ਹੀ ਆਪਦਾ ਉਹਦੇ ਬੈੱਡ ਲਾ ਲਈਏ ਸਰ ਨਾਲ ਵਧੀਆ ਗੱਲ ਹੈ ਵੀ ਐਵੇਂ ਜਾਵਾਂਗੇ ਕਿਤੇ ਭਾਂਡੇ ਮਾਂਜਾਂਗੇ ਬਾਈ ਕੁਛ ਹੋਰ ਕਰਾਂਗੇ ਉਹਦਾ ਉਹਦੇ ਸਰਦਾ ਤਾਂ ਕਰਕੇ ਵੀ 20 ਲੱਖ ਉੱਧਰ ਲਾਉਣ ਆਪਾਂ ਇੱਧਰ ਲਾਤਾ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰਗਿੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਦੋਸਤੋ ਅੱਜ ਖੜਾ ਮੈਂ ਪਿੰਡ ਬਹਾਦਰਪੁਰ ਦੇ ਅੱਡੇ ਤੇ ਜਿੱਥੇ ਸਰਦਾਰ ਅਮਰ ਸਿੰਘ ਜ਼ਿਮੀਂਦਾਰ ਕਰਿਆਨਾ ਸਟੋਰ ਆ ਭੈਣੀ ਮਰਾਜ ਵਾਲੇ ਤੁਸੀਂ ਦੋਸਤੋ ਜ਼ਿਮੀਂਦਾਰਾਂ ਦੇ ਨਾਮ ਤੇ ਵਰਕਸ਼ਾਪਾਂ ਬਥੇਰੀਆਂ ਦੇਖੀਆਂ ਹੋਣਗੀਆਂ ਜਿਵੇਂ ਕਿਸੇ ਨੇ ਕੋਈ ਕੰਮ ਸਿੱਖ ਕੇ ਦੁਕਾਨ ਕਰ ਲਈ ਜਾਂ ਕੁਛ ਵੀ ਕਰ ਲਿਆ ਹੈ ਨਾ ਪਰ ਜਿਹੜਾ ਕਰਿਆਨਾ ਸਟੋਰ ਆ ਇਹ ਅਸਲ 'ਚ ਜ਼ਿਮੀਂਦਾਰ ਬਹੁਤ ਘੱਟ ਕਰਕੇ ਰਾਜ਼ੀ ਆ ਕਿਉਂ ਬਰੀਕੀ ਕੰਮ ਆ ਅਤੇ ਬਾਈ ਕੋਲ ਤੁਹਾਨੂੰ ਦਿਖਾਉਣ ਦਾ ਕਾਰਨ ਕੀ ਆ ਬਹਾਦਰਪੁਰ ਬੱਸ ਅੱਡੇ ਦੇ ਉੱਪਰ ਜਾਵਾਂ ਜਿੱਥੇ ਸਰਾਬ ਵਾਲਾ ਕਹਿ ਦਈਏ ਵੀ ਠੇਕਾ ਆ ਜਾਂਦਾ ਗਾ ਅਤੇ ਇੱਧਰ ਉੱਪਰਲੇ ਪਾਸੇ ਬਾਈ ਹੋਰਾਂ ਦੀ ਜਿੰਮ ਆ ਜਾਂਦੀ ਹੈਗੀ ਅਤੇ ਨਾਲ ਇੱਧਰਲੇ ਪਾਸੇ ਮਸ਼ਹੂਰ ਚਿਕਨ ਵਾਲਾ ਆ ਜਾਂਦਾ ਗਾ ਅਤੇ ਮੈਂ ਜਦੋਂ ਇੱਥੇ ਆਇਆ ਸੀ ਗੱਡੀ ਮੇਰੀ ਵੀ ਸਾਹਮਣੇ ਉਹ ਖੜੀ ਆ ਤੁਹਾਨੂੰ ਦੱਸਾਂ ਗੱਲ ਸ਼ਾਮ ਦਾ ਵੇਲਾ ਮੈਂ ਵੀ ਮੇਰੇ ਜਵਾਕ ਨੂੰ ਨਾਲ ਲੈ ਕੇ ਆਇਆ ਅਤੇ ਮਹਾਰਾਜਾ ਜਿਹੜਾ ਰੰਧਾਵੇ ਵਾਲੀ ਮੱਸੀ ਮੁੱਸੀ ਖਾਈ ਇਹ ਬੰਦਾ ਬਹੁਤ ਮਸ਼ਹੂਰ ਆ ਪਰ ਮੈਂ ਕੌਫੀ ਲੈਣੀ ਸੀ ਤਾਂ ਕਰਕੇ ਜਦੋਂ ਮੈਂ ਦੇਖਿਆ ਸਾਹਮਣੇ ਬੋਰਡ ਪੜ੍ਹਿਆ ਵੀ ਯਾਰ ਸਰਦਾਰ ਅਮਰ ਸਿੰਘ ਜ਼ਿਮੀਂਦਾਰ ਕਰਿਆਨਾ ਸਟੋਰ ਅਤੇ ਮੈਂ ਵੀ ਯਾਰ ਜ਼ਿਮੀਂਦਾਰ ਨੇ ਕਰਿਆਨਾ ਸਟੋਰ ਕਰ ਲਿਆ ਹੈ ਨਾ ਤਾਂ ਮੈਂ ਜਿਉਂ ਹੀ ਦੁਕਾਨ ਦੇ ਵਿੱਚ ਆਇਆ ਅਤੇ ਮੈਂ ਆਪਦੇ ਲਈ ਭਰਾਵੋ ਲੈਣੀ ਤਾਂ ਤੁਹਾਨੂੰ ਸਹੀ ਗੱਲ ਦੱਸਾਂ ਕੌਫੀ ਲੈਣੀ ਸੀ ਕੌਫੀ ਪਾਊਚ
ਤੇ ਜਦੋਂ ਮੈਂ ਬਾਈ ਕੋਲੇ ਆਇਆ ਤੇ ਤੁਹਾਨੂੰ ਮਿਲਾਵਾਂਗੇ ਵੀ ਬਾਈ ਕੋਲੋਂ ਸੌਦਾ ਤੁਹਾਨੂੰ ਇੰਨਾ ਸਸਤਾ ਮਿਲੂਗਾ ਜਿਵੇਂ ਆਪਾਂ ਕਹਿ ਦਈਏ ਤੇ ਵੀ ਇੱਕ ਹੋਲਸੇਲ ਵਾਲਾ ਕੰਮ ਹੀ ਹੁੰਦਾ ਵੀ ਆਪਣੇ ਜਿਵੇਂ ਕਹਿੰਦੇ ਵੀ ਜੱਟ ਦੀ ਜਿਹੜੀ ਕਮਾਈ ਹੁੰਦੀ ਹੈ ਨਾ ਜਾਂ ਤਾਂ ਬਾਹਲੀ ਜ਼ਿਆਦਾ ਹੁੰਦੀ ਆ ਜਾਂ ਫਿਰ ਉਹ ਇੰਨਾ ਜ਼ਿਆਦਾ ਸਾਧ ਹੁੰਦਾ ਵੀ ਆਪਦੇ 2-4% ਅਤੇ 5% ਅਤੇ ਕੰਮ ਕਰਦਾ ਅਤੇ ਆਪਾਂ ਤੁਹਾਨੂੰ ਬਾਈ ਨਾਲ ਮਿਲਾਉਣਾ ਬਾਈ ਆਹ ਲਾ ਦੀ ਜੀ ਤੁਹਾਡੇ ਇੱਕ ਮਿੰਟ ਅਤੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਤੇ ਬਾਈ ਸਭ ਤੋਂ ਪਹਿਲਾਂ ਤੁਹਾਡਾ ਨਾਮ ਦੱਸੋ ਕੀ ਹੈ ਜੀ ਬਾਈ ਦਲਜੀਤ ਸਿੰਘ ਦਲਜੀਤ ਸਿੰਘ ਅਤੇ ਬਾਈ ਜੀ ਮਤਲਬ ਜਿਵੇਂ ਆਮ ਤਾਂ ਆਪਣੇ ਜ਼ਿਮੀਂਦਾਰਾਂ ਦੇ ਮੁੰਡੇ ਬਾਹਰ ਭੱਜੀ ਜਾਂਦੇ ਹੈਗੇ ਹੈ ਨਾ ਅਤੇ ਫਿਰ ਤੁਹਾਡੇ ਮਨ 'ਚ ਨਹੀਂ ਕਦੇ ਖਿਆਲ ਆਇਆ ਵੀ ਯਾਰ ਵੀ ਮੈਂ ਵੀ ਅਮਰੀਕਾ ਅਮਰੂਕਾ ਨੂੰ ਵਗ ਜਾਂ ਕਿਤੇ ਬਾਈ ਆਇਆ ਤੀ ਅੱਛਾ ਵਿਆਹ ਵੀ ਕਰਕੇ ਤੋਰ ਦਿੱਤੀ ਬਾਹਰ ਨੂੰ ਅੱਛਾ ਐਂ ਯਾਰ ਕਿਸੇ ਦੀ ਗੁਲਾਮੀ ਕਰਨੋਂ ਉਹੀ ਪੈਸਾ ਜੀ ਆਪਦਾ ਉਹਦੇ ਬੈੱਡ ਲਾ ਲਈਏ ਸਰ ਨਾਲ ਕੋਈ ਗੱਲ ਹੈ ਵੀ ਐਵੇਂ ਜਾਵਾਂਗੇ ਕਿਸੇ ਦੇ ਭਾਂਡੇ ਮਾਂਜਾਂਗੇ ਬਾਈ ਕੁਛ ਹੋਰ ਕਰਾਂਗੇ ਉਹਦਾ ਉਹਦੇ ਸਰਦਾ ਹੈ ਕਰਕੇ ਵੀ ਉਹੀ 20 ਲੱਖ ਉੱਧਰ ਲਾਉਣ ਆਪਾਂ ਇੱਧਰ ਲਾਤਾ ਅੱਛਾ ਮਤਲਬ ਵੀ ਜਿਵੇਂ ਮੈਂ ਪਹਿਲਾਂ ਗੱਲ ਕਹਿ ਕੇ ਹਟਿਆ ਵੀ ਆਪਣੇ ਤਾਂ ਅਕਸਰ ਹੀ ਕਿਤੇ ਦਾ ਜ਼ਿਮੀਂਦਾਰ ਵਰਕਸ਼ਾਪ ਲਿਖੀ ਹੁੰਦੀ ਆ ਹਨਾ ਕਿਤੇ ਜ਼ਿਮੀਂਦਾਰ ਢੂਲਾ ਸਟੋਰ ਜਾਂ ਆਪਣੇ ਬੰਦੇ ਇਹੋ ਜਿਹੇ ਕੰਮਾਂ 'ਚ ਪੈਂਦੇ ਹੈਗੇ ਆਹ ਨੂਣ ਤੇਲ ਵਾਲੇ ਬਰੀਕੀ ਕੰਮ 'ਚ ਕਿਵੇਂ ਤੂੰ ਕਿਵੇਂ ਪੈ ਗਿਆ ਗੱਲ ਤਾਂ ਇਹ ਹੈ ਬਾਈ ਯਾਰ ਨੂਣ ਦਾ ਨਾਮ ਜਿਵੇਂ ਆਪਾਂ ਦੇਖਿਆ ਬਈ ਆਪਾਂ ਵੀ ਸੌਦਾ ਲਿਆਉਣੇ ਹਨਾ ਵੀ ਬਾਣੀ ਬਕਾਲ ਦੇਖਦੇ ਆ ਵੀ ਕੀ ਵੱਡਾ ਉਹਨਾਂ ਦਾ ਆਪਾਂ ਨੂੰ ਉਹਨਾਂ ਨੇ ਜਿਵੇਂ ਲੋਟਲਾ ਦਾ ਪ੍ਰਿੰਟ ਰੇਟ ਆਇਆ ਚੱਕ ਕੇ ਇੰਨਾ ਹੁਣ ਜਿਵੇਂ ਕੋਈ 500 ਰੇਟ ਹੈ ਜਾਂ 20 ਰੁਪਏ ਘਟਾਉਂਦੇ ਨੇ ਲਓ ਜੀ ਇੰਨੇ ਨਾਲ ਬੰਦਾ ਖੁਸ਼ ਹੋ ਜਾਂਦਾ ਪਰ ਇਹ ਵਿੱਚ ਬੜੇ ਅਸੀਂ ਸਾਨੂੰ ਵੜ ਕੇ ਪਤਾ ਲੱਗਾ ਵੀ ਬਾਲਾ ਉੱਲਾ ਬਾਈ ਕਰਾਂਗੇ ਬਾਲਾ ਉੱਲਾ ਮੈਂ ਕਹਣਾ ਜੇ ਮੈਂ ਆਪਾਂ ਪ੍ਰਿੰਟ ਰੇਟਾਂ ਚੀਜ਼ ਵਿੱਚ ਨਹੀਂ ਹੋਵੇ ਮੈਂ ਕਹਣਾ ਚਾਹੇ ਸਕਾਰਪੀ ਬੁੱਕ ਕਰਾ ਦੇ ਬਾਈ ਅੱਛਾ ਹਾਂ ਮੈਂ ਗਰੰਟੀ ਦਿੰਦਾ ਜੇ ਹਿਸਾਬ ਨਾਲ ਉੱਲਾ ਅਸਲ 'ਚ ਗੱਲ ਬਾਕੀ ਸਹੀ ਨੇ ਹਾਂ ਬਾਈ ਹਾਂ ਸਾਡੇ ਪਿੰਡ ਦੇ ਲੋਕ ਗੱਲ ਕਰਦੇ ਹੁੰਦੇ ਆ ਸਾਡੇ ਪਿੰਡ 'ਚ ਮਤਲਬ ਹੈਗੀਆਂ ਦੁਕਾਨਾਂ ਕਈ ਨੇ ਠੀਕ ਹੈ ਪਰ ਲੋਕ ਕਹਿੰਦੇ ਅਕਸਰ ਹੀ ਕਹਿੰਦੇ ਹੁੰਦੇ ਚੱਲ ਆਪਾਂ ਕੋਈ ਲਾ ਕੇ ਤਾਂ ਗੱਲ ਕਰਦੇ ਨਹੀਂ ਅਗਲਾ ਕਹਿੰਦਾ ਵੀ ਯਾਰ ਫਲਾਨਾ ਬਾਣੀਆਂ ਤੀ ਹਾਂ ਵੀ ਬਿਸਵੇ ਬਿਸਵੇ 'ਚ ਵੀ ਨਹੀਂ ਦੁਕਾਨ ਹੋਣੀ ਵੀ ਅੱਧਾ ਬਿਸਵਾ ਦੁਕਾਨ 'ਚੋਂ ਹਨਾ ਹਾਂ ਬਾਈ ਵੀ ਫਲਾਨੇ ਥੋਂ ਕਲੋਨੀ 'ਚ ਕੋਠੀ ਲੈ ਗਿਆ ਬਾਈ ਸਹੀ ਇੱਕ ਪਾਸੇ 10-10, 20-20 ਕਿੱਲਿਆਂ ਵਾਲੇ ਜ਼ਿਮੀਂਦਾਰ ਨੇ ਜਿਨ੍ਹਾਂ ਤੋਂ ਮੇਰਾ ਪਿੰਡ 'ਚ ਬਿਸਵਾ ਨਹੀਂ ਬਣਿਆ ਬਾਕੀ ਹੋਰ ਦੱਸਦਾ ਬਾਈ ਤੈਨੂੰ ਮੈਂ ਆਪਣਾ ਡੈਡੀ ਮੁਲਾਜ਼ਮ ਹੈ ਵੀਰੇ ਅੱਛਾ ਠੀਕ ਹੈ ਬਡਰੁੱਖਾਂ ਚੌਂਕ ਡਿਊਟੀ ਪਹਿਲਾਂ ਰਹੀ ਹੈ ਹੁਣ ਸਰੂਰ ਹੈ ਡੈਡੀ ਨੇ ਇਹ ਗੱਲ ਕਹਿ ਦੀ ਕਹਿੰਦਾ 2 ਸਾਲ ਚਾਹੇ ਬਿਲ ਭਰੀ ਆ ਹਾਂ ਪਰ ਆਪਦਾ ਜਿਵੇਂ ਤੈਨੂੰ ਲੋਟ ਲੱਗਦਾ ਉਵੇਂ ਵੇਚੀ ਸਮਾਨ ਉਵੇਂ ਵੇਚੀ ਠੀਕ ਹੈ ਅਤੇ ਬਾਈ ਆਪਾਂ ਤੇਰੇ ਵਾਲੇ ਸਮਾਨ ਦੀ ਗੱਲ ਕਰਦੇ ਹਾਂ ਵੀ ਜਿਹੜਾ ਤੁਸੀਂ ਹਰੇਕ ਚੀਜ਼ 'ਤੇ ਰੇਟ ਲਿਖਿਆ ਪਿਆ ਜਿਵੇਂ ਤੁਸੀਂ ਗੱਲ ਕਰੀ ਆ ਵੀ ਜਿਹੜਾ ਇੱਥੇ ਪ੍ਰਿੰਟ ਦਾ ਹੁੰਦਾ ਆਹ ਅਤੇ ਵੀ ਆਪਾਂ ਆਹ ਰੇਟ ਵੇਚ ਰਹੇ ਹਾਂ ਉਹਦਾ ਕਿੰਨਾ ਕੁ ਫਰਕ ਹੈਗਾ ਮੈਨੂੰ ਮਾੜਾ ਉਹ ਵੀ ਦੱਸ ਤਾਂ ਜਿਹੜੇ ਆਪਣੇ ਮੁੰਡੇ ਨੇ ਉਹਨਾਂ ਦੇ ਖੋਪੜ ਖੋਲਣ ਜਿਵੇਂ ਹੁਣ ਆਹ ਚਾਹ ਹੈ ਬਾਈ ਬਸ ਮਾਰਕਟ ਖਾ ਲਈਏ ਮਾਰਕਟ ਖਾ ਲਈਏ ਪਹਿਲਾਂ ਇਹ ਕਿਹੜੀ ਆ ਰੈੱਡ ਲੇਵਲ ਚਾਹ ਆਪਾਂ ਕਹਿ ਦੀ ਵੀ ਇਹਦਾ ਨਾਂ ਚੱਲਦਾ ਪੂਰਾ ਹਨਾ ਹਾਂ 510 ਇਹਦੇ ਹਾਂ ਇੱਕ ਮਿੰਟ ਖੜਿਆ ਤੱਤਾਂ ਨਾਲ ਚੱਲ ਇਹਦੇ ਮਤਲਬ ਪ੍ਰਿੰਟ ਆ 510 ਰੁਪਏ ਪ੍ਰਿੰਟ ਆ ਹਾਂ ਆਪਾਂ 450 ਹੀ ਦਿੰਦੇ ਹਾਂ ਰੈੱਡ ਲੇਵਲ ਅਸੀਂ ਖੜਿਆ ਰੈੱਡ ਲੇਵਲ ਚਾਹ ਭਰਾਵੋ ਜਿਹਦੀ ਟੈਲੀਵਿਜ਼ਨ 'ਚ ਮਸ਼ਹੂਰੀ ਆਉਂਦੀ ਹੁੰਦੀ ਆ 510 ਪ੍ਰਿੰਟ ਆ ਅਤੇ ਤੁਸੀਂ  450 ਦੇਖਤਾ ਹਾਂ ਬਾਈ ਹਾਂ ਮਾਰਕ ਪਹਿਲੀ ਪਤਾ ਬਾਈ ਪਹਿਲੀ ਪਤਾ ਆਲਾ ਆਊਗਾ ਬਾਈ ਕਿੰਨੇ ਦੀ ਲਾਏਗਾ ਕਿ ਆਪਾਂ ਨੂੰ ਪਤਾ ਲੱਗ ਗਿਆ ਉਹਨੂੰ ਵੀ ਇੰਨੇ ਦੀ ਹੈ ਚੱਕ ਕੇ ਆਪੀ ਵਾਲਾ ਕਾਊਂਟਰ 'ਤੇ ਆਉਂਦਾ ਨਾਲ ਉਹਨੂੰ ਪਤਾ ਲੱਗ ਜਾਂਦਾ ਮਤਲਬ ਇੱਥੇ ਤਾਂ ਮੌਲ ਵਾਲਾ ਕੰਮ ਹੀ ਕਰ ਰੱਖਿਆ ਪੂਰਾ ਹੁਣ ਆਹ ਚਾਹ ਆ ਗਈ ਬਾਈ ਹਾਂ 400 ਟਾਟਾ ਪ੍ਰੀਮੀਅਮ ਹਾਂ ਠੀਕ ਹੈ ਰੇਟ ਕਿੰਨਾ ਦਾ 510 510 ਇਹਦਾ ਪ੍ਰਾਈਸ ਲਿਖਿਆ ਪਿਆ ਕਿੰਨਾ ਅੱਧੀ ਕਿਲੋ ਹੈ ਹਾਂ ਕਿਲੋ ਵੀਰੇ ਕਿਲੋ ਆ ਪੂਰੀ ਹੈਨਾ ਅਤੇ ਤੁਸੀਂ 420 ਮਤਲਬ ਟਾਟਾ ਵਰਗੀ ਚਾਹ ਅਗਲਾ ਕਹਿੰਦਾ ਵੀ ਯਾਰ 510 ਹਾਂ ਬਾਈ ਇੱਕ ਗੱਲ ਤੈਨੂੰ ਹੋਰ ਦੱਸ ਦਿੰਦਾ 420 ਦੀ ਪਹਿਲਾਂ ਮੇਰੇ ਟਾਟਾ ਹੀ ਟਾਟਾ ਜਿਹੜੀ ਅਗਨੀ ਚਾਹ ਚੱਲਦੀ ਹੈ ਹੁਣ ਤੈਨੂੰ 200 ਦੀ ਮਿਲਦੀ ਆ ਮਨ 200 ਉੱਤੇ ਦਿੰਦਾ ਆਪਾਂ 185 ਤੋਂ ਲੈ ਕੇ 190 ਦੀ ਵੇਚੇ ਮੂਹਰੇ ਹੁਣ ਮਾਲ ਨਹੀਂ ਹਜੇ ਆ ਰਿਹਾ 185-90 ਤੱਕ ਵੇਚੇ 200 ਦੀ ਵਿਕਦੀ ਆ ਟਾਟਾ ਦੀ ਅਗਨੀ ਚਾਹ ਟਾਟਾ ਦੀ ਅਗਨੀ ਚਾਹ 190 ਦੀ ਮੈਂ ਖੁਦ ਆਪ ਵੇਚੀ ਆ ਆਮ ਕਿੰਨੇ ਦੀ ਵਿਕਦੀ ਆ ਉਹ ਆਮ 200 ਤੋਂ ਪਲੱਸ ਬਾਈ ਆਮ 200 ਤੋਂ ਪਲੱਸ ਤੁਸੀਂ 185-90 ਹਾਂ 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 ਬਾਈ ਭਰਾਵੋ ਚਾਹਾਂ ਦੀ ਗੱਲ ਆ ਟਾਟਾ ਗੋਲਡ ਆ ਗਈ ਹਾਂ ਇਹਦੇ ਰੇਟ ਕਿੰਨਾ ਗਾ ਹੌਲੀ ਹੌਲੀ ਰੱਖਿਆ ਕਰ ਇੱਕ ਮਿੰਟ ਇੱਕ ਨਾ ਥੋੜ੍ਹਾ ਜਿਹਾ ਉਹ ਕਰਕੇ 470 ਹਾਂ ਆਪਾਂ ਦਿੰਦੇ ਹਾਂ 390 ਤੁਸੀਂ 390 ਸਾਢੇ ਮਤਲਬ ਇਹ ਤੁਸੀਂ 390 ਦੇ ਵੇਚ ਕੇ ਵੀ ਤੁਹਾਨੂੰ 5-10 ਰੁਪਏ ਬਚਦੇ ਦਾ ਹੈਗੇ ਹੈ ਤੇਰਾ ਮਨ ਤਾਂ ਖੁਸ਼ ਹੈਗਾ ਐਂ ਤਾਂ ਨਹੀਂ ਹੈਗਾ ਵੀ ਕੱਲ੍ਹ ਨੂੰ ਬੁੜੇ ਵਾਲੀ ਤਨਖਾਹ ਵਿੱਚ ਪਾ ਦੇਈ ਜਾਵੇ ਕਈ ਵਾਰ ਇਹ ਵੀ ਗੱਲ ਹੋ ਜਾਂਦੀ ਅਗਲਾ ਕਹਿੰਦਾ ਵੀ ਯਾਰ ਵੀ ਪਿਓ ਪੁੱਛੀ ਹੈਗਾ ਇਹ ਤੇ ਰੇਟ ਲਿਖਿਆ 105 ਪ੍ਰਿੰਟ ਰੇਟ ਆ 90 ਦਾ ਦਿੰਦਾ ਮੈਂ ਮਤਲਬ ਇਹ ਅਜਾਲਾ ਖੜੇ ਮਤਲਬ ਕਾਹਲੀ ਨਾ ਕਰ ਵੀਰ ਬਣ ਕੇ ਮਤਲਬ ਅਜਾਲਾ ਤੇ ਇਹਦੇ ਪ੍ਰਿੰਟ ਨਹੀਂ ਹੈਗਾ ਲੱਗਾ 105 ਇਹਨਾਂ ਦਾ ਇਹਨਾਂ ਦਾ ਇੱਧਰਲੇ ਪਾਸੇ ਆ ਗਿਆ ਟੇਡਾ ਠੀਕ ਇਹ 105 ਠੀਕ ਆ ਹਾਂ ਹਾਂ ਮੈਨੂੰ ਕਹਿੰਦੇ 100 ਦਾ ਕੋਈ ਦੇ ਜਾਂਦਾ ਆਪਾਂ 90 ਠੀਕ ਹੈ ਇਹ ਤੁਸੀਂ ਦੇ ਜਾਂਦੇ 90 ਰੁਪਈਆਂ ਦਾ ਤੇ ਕੰਮ ਸੁਲਦਾ ਹੁੰਦਾ ਬਾਈ ਯਾਰ ਘਰਾਂ ਦੇ ਵਿੱਚ ਹਨਾ ਈਜ਼ੀ ਬਾਈ ਹਾਂ ਇਹ ਕੀ ਪ੍ਰਿੰਟ ਇਹ ਬਾਈ ਪ੍ਰਿੰਟ ਰੇਟ ਹੀ ਦਿੰਦਾ ਅਗਲਾ ਪ੍ਰਿੰਟ ਕਹਿੰਦਾ 205 ਹੈ ਬਾਈ ਇਹ ਤੇ 205 ਮੈਂ 180 ਦਿੰਦਾ ਬਸ 180 ਹਾਂ ਦਾ ਜਮਾ ਕੈਸ਼ ਹੀ ਹੈਗਾ ਹਾਂ ਕੈਸ਼ ਬਾਈ ਜਿਵੇਂ ਟਾਈਡ ਆ ਗਿਆ ਬਾਈ ਟਾਈਡ ਆ ਗਿਆ ਹਾਂ ਬਾਈ 112 ਹੈ ਇਹਦਾ ਪ੍ਰਿੰਟ ਦੇਖ ਲੈ ਕਿੰਨਾ ਤੇ ਇਹ ਤੇ ਪ੍ਰਿੰਟ ਦੇਖ ਕਿੰਨਾ ਹੈਗਾ 122 ਹੈ ਬਾਈ ਮਤਲਬ ਇਹ ਤੇ ਪ੍ਰਿੰਟ ਆ 122 ਹਾਂ ਨਹੀਂ ਇਹ ਜੇ ਸਰਫ ਸੁਰਫ ਵਾਲਾ ਉਹ ਹੀ ਦਿੰਦਾਗਾ ਬਾਈ ਚੱਕਦਾ ਹਨਾ ਚੱਕਦਾ ਇਹ 112 ਦਾ ਹਾਂ ਹਾਂ ਆ ਜਾ ਬਾਈ ਇੱਧਰ ਆ ਜਾ
ਸਰਫ ਐਕਸਲ ਹੈਨਕੋ ਚੱਲ ਬਾਈ ਨੇ ਬਾਈ ਹਿੱਟ ਦੀ ਵੀ ਗੱਲ ਕਰੀਏ ਯਾਰ ਇੱਕ ਹਾਂ ਹਾਂ ਕੋਈ ਚੱਕਰ ਨਹੀਂ ਮਤਲਬ ਵੀ ਜਿਵੇਂ ਹਿੱਟ ਦੇ ਪ੍ਰਿੰਟ ਕਿੰਨਾ ਚੈੱਕ ਕਰ ਲਾ ਇੱਕ ਮਿੰਟ ਹਿੱਟ ਦੇ ਪ੍ਰਿੰਟ ਹੈਗਾ ਪਟਲਾ ਬਾਈ ਪਟਲਾ 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 ਕਿੱਥੇ ਜੀ ਹੈਗਾ 217 ਬਾਈ ਹਾਂ 217 ਦੱਸਦਾ ਤੁਸੀਂ 210 ਦਾ ਹੈ ਵੀ ਜਿੰਨਾ ਹੋ ਸਕਾ ਜੀ ਤੋਂ ਜਰ ਮਾਰਜਨ ਘੱਟ ਹੈ ਭਾਈ ਉਹ ਤੇ ਤਾਂ ਫਿਰ ਹੋ ਜਾ ਕਰਨਾ ਬਿਲਕੁਲ ਵੀ ਜਿੰਨਾ ਕੁ ਹੁੰਦਾ ਉਹਨਾਂ ਨੂੰ ਫਾਇਦਾ ਮੂਰੇ ਮਿਲਦਾ ਹਾਂ ਜੇ ਕੋਈ ਬੰਦਾ ਹੈਗਾ ਆਪਾਂ ਕਹਿੰਦੇ ਚਾਹ ਵਾਲਾ ਜੇ ਕੋਈ ਬੰਦਾ ਮੂਰੇ ਰੈੱਡ ਲੇਬਲ ਵਾਲਾ ਆਪਾਂ ਨੂੰ ਮਿਲਦਾ ਆਪਾਂ 19% ਤੇ ਕੰਮ ਕਰ ਲਾਂਗੇ 19% ਤੇ ਕੰਮ ਕਰ ਲਾਂਗੇ ਹਾਂ ਚਾਹੇ ਜਿੰਨੀ ਸਚ ਕਾਉ ਸਸਤੀ ਹੁੰਨੀ ਬਾਈ ਇੱਕ ਲੁੱਕ ਵੀ ਤੁਸੀਂ ਇਹਨੂੰ ਜਮਾ ਮੌਲ ਨਾਲ ਦੀ ਦਿੱਤੀ ਵੀ ਆ ਹਨਾ ਹੁਣ ਆ ਹੈਗਾ ਕਿਉਂ ਬਾਈ ਇਹ ਕਿਹੜਾ ਘਿਓ ਆ ਮੜਾ ਪਹਿਲਾਂ ਕਿਉਂ ਘਿਓ ਦੇ ਦਰਸ਼ਨ ਕਰਾ ਦਈਏ ਅੱਛਾ ਹਰਿਆਣਾ ਘਿਓ ਠੀਕ ਹੈ ਫਰੈਸ਼ ਹਾਂ ਬਾਈ ਮਤਲਬ ਇਹ ਕਿਲੋ ਦੀ ਪੈਕਿੰਗ ਹੈ ਕਿਲੋ ਵੀਰੇ ਠੀਕ ਹੈ 620 ਆ ਇੱਕ ਮਿੰਟ ਇੱਕ ਮਿੰਟ ਇਹਦੇ ਰੇਟ ਹੈਗਾ ਭਰਾਵੋ ਖੜ ਜਾ ਇੱਕ ਮਿੰਟ ਇੱਕਦਮ ਥੋੜ੍ਹਾ ਹੋ ਜਾਂਦਾ ਇਹਦੇ ਹੈਗਾ 620 ਰੁਪਏ ਪ੍ਰਿੰਟ ਆ ਹਾਂ ਬਾਈ ਠੀਕ ਹੈ ਆਪਾਂ ਦਿੰਦੇ 400 ਦਾ ਕਿੰਨੇ ਦਾ 400 620 ਰੁਪਏ ਪ੍ਰਿੰਟ 400 ਦਾ ਤੇ ਤੁਸੀਂ ਦੇ ਰਹੇ ਹੋ 400 ਦਾ ਤੇ ਐਂ ਤਾਂ ਨਹੀਂ ਹੈਗਾ ਕਿਤੇ ਕਈ ਵਾਰ ਅਗਲਾ ਕਹਿੰਦੇ ਵੀ ਯਾਰ ਵੀ ਪ੍ਰਿੰਟ ਕਰਦੇ ਵੀ ਨਕਲੀ ਹੈ ਕੁਛ ਆਪ ਪੈਕ ਕਰਦੇ ਆ ਬਾਈ ਆਪਣੇ ਤਾਂ ਆਉਂਦਾ ਮਾਲ ਦੇਖ ਲਓ ਭਰਾਵੋ ਘਿਓ ਤੇ ਪ੍ਰਿੰਟ ਹੈਗਾ 620 ਰੁਪਏ ਕਮਾਲ ਦੀ ਗੱਲ ਆ ਬਾਈ ਯਾਰ ਦੇ ਰਿਹਾ ਤੂੰ 400 ਰੁਪਏ ਹੈ ਹਾਂ ਬਾਈ ਮਤਲਬ 400 ਰੁਪਏ ਦੇ ਕੇ ਵੀ ਤੇਰਾ ਮਨ ਖੁਸ਼ ਹੈ ਖੁਸ਼ ਹੈ ਬਾਈ ਖੁਸ਼ ਹੈ ਕਮਾਲ ਨਾ ਤੇਲ ਦੀਆਂ ਬੋਤਲਾਂ ਆ ਗਿਆ ਬਾਈ ਆ ਚਾਹ ਵਾਲੇ ਮਸਾਲੇ ਦੀ ਗੱਲ ਕਰ ਟੀ ਮਸਾਲਾ ਕਿਹੜੀ ਕੰਪਨੀ ਚਸਕੂ ਚਸਕੂ ਦਾ ਆਉਂਦਾ ਬਾਈ ਸਾਰਾ ਸਮਾਨ ਆ ਚਸਕੂ ਜਿਵੇਂ ਤੇਰੀ ਇਹ ਹੈਗਾ 80 ਦਾ ਬਾਈ ਇਹਦੇ 80 ਪ੍ਰਿੰਟ ਆ ਹਾਂ ਤੁਸੀਂ 60 ਰੁਪਏ ਦੇ ਹੈ ਕਿੰਨਾ ਇਹ 100 ਗ੍ਰਾਮ ਇਹ ਹੈਗਾ ਬਾਈ ਇਹਦੇ ਲਿਖਿਆ ਹੋਊਗਾ 100 ਗ੍ਰਾਮ ਦੀ ਪੈਕਿੰਗ ਲੱਗਦੀ ਹੈ ਚਲੋ 100 ਗ੍ਰਾਮ ਦੀ ਹੋਊਗਾ ਸਾਂ ਬਾਈ ਠੀਕ ਹੈ ਠੀਕ ਹੈ ਠੀਕ ਹੈ ਸਾਰੀ ਅਸੀਂ ਜਿਵੇਂ ਮਸਾਲੇ ਮਸੂਲੇ ਨੇ ਸਾਰਾ ਇਹਨੇ ਲਾਇਆ ਪਿਆ ਹੈ ਹਾਂ ਇਹ ਤੋਂ ਵੀ ਜਿਵੇਂ ਹੁਣ ਰੇਟ ਹੈ ਜਿਵੇਂ ਆ ਗਿਆ ਬਾਈ ਇਹਦੇ ਤੁਸੀਂ ਦੇਖ ਰੱਖਿਆ ਹਰੇਕ ਪ੍ਰਿੰਟ ਰੇਟ ਦਿੰਦਾ 72 ਹੈ 72 ਤੁਸੀਂ 65 ਦਾ ਦੇ ਰਹੇ ਹੋ ਕਮਾਲ ਬਾਈ ਐਮਡੀਐਚ ਦੇ ਮਸਾਲੇ ਨੇ ਭਰਾਵੋ ਜਿਹੜਾ ਆਪਾਂ ਕਹਿੰਦੇ ਹੁੰਦੇ ਵੀ ਐਮਡੀਐਚ ਦੇ ਮਸਾਲੇ ਪ੍ਰਿੰਟ ਤੇ ਨੇ ਤੇ ਪ੍ਰਿੰਟ ਹੈਗਾ ਇਹਦਾ 72 ਰੁਪਏ ਦੇਖ ਲਓ ਤੇ ਬਾਈ ਨੇ ਲਿਖ ਰੱਖਿਆ ਰੇਟ 65 ਰੁਪਏ ਹੋਲਸੇਲ ਕੈਸ਼ ਦਾ ਕੰਮ ਆ ਅਤੇ ਨਗਦਾਂ ਦਾ ਕੰਮ ਆ ਬਾਈ ਦਾ ਨਏ ਪ੍ਰਚੂਨ ਦੇ ਵਿੱਚ ਇਕੱਲੀ ਇਕੱਲੀ ਚੀਜ਼ ਦੇ ਰਿਹਾ ਜੱਟਾਂ ਦਾ ਪੁੱਤਾ ਭਰਾਵੋ ਸਿੱਧੀ ਸਾਧੀ ਚੀਜ਼ ਅਤੇ ਇੱਧਰਲੇ ਪਾਸੇ ਕੋਈ ਆਪਣਾ ਮੋਟੀ ਜਿਹੀ ਗੱਲ ਕੋਈ ਚੀਜ਼ ਰਹਿ ਨਾ ਜਾਵੇ ਆਹ ਐਰੋਗੈਨਿਕ ਕਾਊਂਟਰ ਦੀ ਇਹ ਮਨ ਰੱਖਿਆ ਤੀ ਪਿੰਡ ਵਾਲੇ ਆਸਣ ਮੇਨਾ ਪਹਿਲ ਨਹੀਂ ਦੇ ਰਹੇ ਸਾਰਾ ਐਰੋਗੈਨਿਕ ਇਹ ਔਰਗੈਨਿਕ ਰੱਖਿਆ ਸੀਗਾ ਸਾਰਾ ਐਰੋਗੈਨਿਕ ਮਤਲਬ ਆਪਣੇ ਅਗਲਾ ਪਹਿਲ ਨਹੀਂ ਦਿੱਤੀ ਕਿਸੇ ਨੇ ਯਾਰ ਕਿਸੇ ਨੇ ਫਿਰ ਆਪਾਂ ਜਿਹੜੀ ਚੀਜ਼ ਲੱਗਦੀ ਆਪਾਂ ਉਹੀ ਹੁਣ ਚਾਹ ਹੁੰਦੀ ਇਹਨਾਂ ਦੀ ਐਰੋਗੈਨਿਕ ਹੈ ਕਿਹੜੀ ਕਿਹੜੀ ਕੰਪਨੀ ਦੀ ਇਹ 16 ਵੀ ਇਹ ਮੋਦੀ ਕੇਅਰ ਕੰਪਨੀ ਹੈ ਕੋਈ ਅੱਛਾ ਮੋਦੀ ਕੇਅਰ ਹਾਂ ਨਾ ਮੋਦੀ ਦੇ ਨਹੀਂ ਹੈਗਾ ਮੋਦੀ ਚੱਲ ਜਾਂਦਾ ਹਾਂ ਹਾਂ ਮੋਦੀ ਕੇਅਰ ਬਿਲਕੁਲ ਬਿਲਕੁਲ ਤੇ ਆ ਧੂਫਾਂ ਆ ਗਈਆਂ ਤੇ ਅੱਡੋ ਅੱਡੀ ਫਿਰ ਇਹਦਾ ਬਈ ਆ ਤੇਰਾ ਹਲਦੀ ਆ ਗਿਆ ਚਸਕੂ ਦਾ ਮਿਰਚ ਆ ਗਈ ਹਲਦੀ ਆ ਗਈ ਜਿਵੇਂ ਹੁਣ ਇਹ ਲਾ ਲਾ ਬਈ 55 ਰੁਪਏ ਰੇਟ ਹੈ ਠੀਕ ਹੈ ਇਹਦੇ ਰੇਟ 55 ਰੁਪਏ ਹਾਂ ਮੈਂ 40 ਰੁਪਏ ਦਿੰਦਾ 40 ਰੁਪਿਆਂ ਦੀ ਕਿੰਨੀ ਇਹ ਕੀ ਪੈ ਗਈ 200 ਗ੍ਰਾਮ ਦੀ 200 ਗ੍ਰਾਮ ਤੇ ਜਿਵੇਂ ਟਾਟਾ ਦਾ ਨੂਣ ਆ ਬਈ ਉਹ ਤਾਂ ਉਹੀ ਚੱਲਦਾ ਬੜੀ ਉਹੀ ਰੇਟ ਚੱਲਦਾ ਹੈ ਉਹ ਤਾਂ 2-4 ਆ ਕੀ ਚੀਜ਼ ਆ ਗਈ ਇਹ ਸ਼ੱਕਰ ਹੈ ਵੀਰੇ ਆਪਣੀ 5 ਕਿਲੋ ਪੈਕਿੰਗ ਕਰੀ ਹੋਈ ਹੈ ਤਾਂ ਇਹ 40 ਰੁਪਏ ਕਿੰਨਾ ਤੋਂ ਲੈ ਕੇ ਆਉਣਾ ਇਹ ਹੈ ਇਹਦਾ ਆ ਵੀ ਰੇਟ 'ਚ ਕੋਈ ਫਰਕ ਹਾਂ ਹਾਂ ਨਾ ਇਹ ਆਪਾਂ ਮੂਰਹਾ ਰੇਟ ਬਈ ਕੋਈ 50 ਦੀ 45 ਆਪਾਂ 42 ਰੁਪਏ ਦਿੰਦੇ ਆ ਖੰਡ ਵੀ ਤੁਸੀਂ 42 ਰੁਪਏ ਸ਼ੱਕਰ ਕਿਲੋ ਦੇ ਰਹੇ ਹਾਂ 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 ਤੇ ਖੰਡ ਦਾ ਕੀ ਰੇਟ ਆ ਤੁਹਾਡੇ ਕੋਲ ਖੰਡ ਦਾ ਵੀਰੇ 42 ਆ ਆਪਾਂ ਜੱਟ ਸੌਦਾ ਕਰਤਾ ਜਿਵੇਂ ਆਪਾਂ ਕਹਿੰਦੇ ਹੁਣ 2 ਰੁਪਏ ਦੀ ਵੱਧ ਹੀ ਘਟਦੀ ਆ ਨਾ 2 ਰੁਪਏ ਕੋਈ ਦੇਵੇ ਆਪਾਂ 40 ਰੁਪਏ ਦੀ ਕਰਤੀ 950 ਗ੍ਰਾਮ 40 ਰੁਪਏ ਦੀ ਕਰਤੀ 950 ਗ੍ਰਾਮ ਸਿੱਧਾ ਸਾ ਹੁਣ ਜਿਵੇਂ ਤੇਲ ਦੀਆਂ ਬੋਤਲਾਂ ਆ ਗਈਆਂ ਡੋਡੀ ਹਾਂ ਹਾਂ ਵਿੱਚ ਵਾਲਾ ਕਹਿੰਦਾ ਤੇਲ ਦੀ ਬੋਤਲ ਦੇ ਦੇ ਵਾਲਾ ਕਹਿੰਦਾ ਚੱਕ ਕੇ ਦਿੱਤੀ ਉਹਨੇ ਵਿੱਚ ਵਾਲਾ ਕਹਿੰਦਾ ਅਸੀਂ ਫੜਾ ਦੇ ਹੁਣ ਆਇਆ ਕੀ ਪਤਾ 700 ਐਮਐਲ ਦੀ ਮੈਂ ਕਹਿ ਦਿੰਦਾ ਬਈ 700 ਐਮਐਲ ਦੀ 120 ਦੀ ਆ ਇਹ 700 ਐਮਐਲ 120 ਦੀ ਉਹ 800 ਐਮਐਲ 140 ਦੀ ਆ ਆ ਲੀਟਰ 160 ਦਾ ਤੇ ਆ ਜੀਵੋ ਕੰਪਨੀ ਦਾ ਕੋਈ ਤੇਲ ਰੱਖਦਾ ਨਹੀਂ ਆਪਾਂ ਜੀਵੋ ਦਾ ਵੀ ਰੱਖਦੇ ਆ ਫੋਰਜ ਜੀਵੋ ਮਤਲਬ ਪੂਰਾ ਨਾਂ ਚੱਲਦਾ ਕੰਪਨੀ ਦਾ ਬ੍ਰਾਂਡ ਆ ਬਈ ਜੀਵੋ ਕੰਪਨੀ ਦਾ ਤੇ ਉਹ ਇਹਦਾ ਕੀ ਰੇਟ ਹੈਗਾ ਬਈ ਰੇਟ 250 ਰੁਪਿਆ 255 ਦੀ ਉਹਦਾ ਰੇਟ ਹੈਗਾ ਦੀਨਾ ਨਹੀਂ ਗੱਲ ਕਰ ਆ ਗਿਆ 255 ਹਾਂ ਤੇ ਤੁਸੀਂ ਵੇਚ ਰਹੇ ਹੋ 180 ਦਾ 180 ਭਰਾਵੋ ਦੇਖ ਲਓ ਜੀਵੋ ਕੰਪਨੀ ਦੇ ਉਸ ਤੇ ਪ੍ਰਿੰਟ ਹੈਗਾ 255 ਤੇ ਬਾਈ ਕਹਿੰਦਾ ਆਪਾਂ ਦੇ ਰਹੇ 180 ਰੁਪਿਆਂ ਦਾ ਬਾਕੀ ਹੋਰ ਹੈ ਆ ਵੀ ਆਪ ਕੇ ਘਿਓ ਵੀ ਦੇਖ ਬਾਈ ਮੇਰਾ ਜਵਾਕ ਕਹਿੰਦਾ ਹਾਂ ਕਿਹੜਾ ਉਹ ਤਾਂ ਵੱਧ ਹੁੰਦੇ ਨੇ ਬਾਈ ਇਹ ਤਾਂ ਬਾਲਾ ਹੁੰਦਾ ਗਗਨ ਘਿਓ ਵਾਲੇ ਚ ਹਾਂ ਹਾਂ ਬਾਈ ਵਾਧੂ ਮੈਂ ਆ ਹੁਣ ਕਿੰਗਾ ਰੇਟ ਘਟ ਗਿਆ ਮੈਂ 45 ਦਿੰਦਾ ਸੀ ਮੈਂ 40 ਕਰਤਾ ਨਾਲ ਦੀ ਨਾਲ ਅੱਛਾ ਇਹ ਰਿਫਾਈਨਡ ਹੈ ਹਾਂ ਰਿਫਾਈਨ ਉਹ ਇਹਦੇ ਪ੍ਰਿੰਟ ਕਿੰਨਾ ਗਾ ਪ੍ਰਿੰਟ ਤਾਂ ਵੱਧ ਹੁੰਦਾ ਬਾਈ ਇਹਨਾਂ ਦੇ ਪ੍ਰਿੰਟ ਤਾਂ ਬਾਈ ਇਹ ਤਾਂ ਫਿਰ ਬਾਲਾ ਹੁੰਦਾ ਯਾਰ ਬਾਈ ਮੇਰੇ ਲਈ ਬੰਦਾ 170 ਹੈ 170 ਇਹਦੇ ਪ੍ਰਿੰਟ ਹੈ ਪ੍ਰਿੰਟ ਹੈ ਤੁਸੀਂ ਦੇ ਰਹੇ ਹੋ 140 ਦਾ ਇਹ ਮਾਰਕੀਟ ਹੁੰਦੀ ਆਪਣੀ ਆਲੇ ਦੁਆਲੇ ਦੀ ਦੁਕਾਨਾਂ ਦੀ ਜਿਵੇਂ ਹੁਣ ਮੇਰੇ ਲਈ ਕੋਈ ਬੰਦਾ ਕੋਈ ਆਇਆ ਇੱਕ ਦੋ ਹੋਰ ਪਿੰਡਾਂ ਚੋਂ ਕਹਿੰਦਾ ਯਾਰ ਪ੍ਰਿੰਟ ਰੇਟ ਹੀ ਲਾਈ ਜਾਂਦੇ ਨੇ ਵਿੱਚ ਅੱਛਾ ਹਾਂ ਬਾਈ ਬਾਲਾ ਜਿਵੇਂ ਬਈ ਆ ਗਗਨ ਘਿਓ ਦੀ ਗੱਲ ਕਰੀਏ ਆਪਾਂ ਹਾਂ ਬਾਈ ਆ ਜਾ ਮੰਨ ਲਾ ਜਿਵੇਂ ਜਵਾਕ ਨੇ ਕਿਹਾ ਤੂੰ ਵੀ ਦੱਸ ਇਹਦਾ ਇੱਕ ਗੱਲ ਹੋਰ ਵੀ ਦੱਸਦਾ ਬਾਈ ਜਿਵੇਂ ਹੁਣ ਇਹਦਾ ਰੇਟ ਕਿੱਥੇ ਲਿਖਿਆ ਹੋਇਆ ਰੇਟ ਤਾਂ ਇਹਦਾ ਬਾਲਾ ਹੁੰਦਾ ਬਾਈ ਐਂ ਤਾਂ ਇਹਦਾ ਪ੍ਰਿੰਟ ਦੇਖੀਏ 1013 ਇਹ ਤਾਂ ਇਹ ਤੇ ਤੁਸੀਂ 720 ਆ ਇਹ ਕਿੰਨਾ 5 ਕਿਲੋ ਇਹ 5 ਕਿਲੋ ਇਹਦੇ ਰੇਟ ਨਾ ਘੱਟ ਵੱਧ ਹੁੰਦੇ ਰਹਿੰਦੇ ਨੇ
ਡੇਲੀ ਦੇ ਨਾ ਬਾਈ ਮੈਂ ਤੇਰੀ ਗੱਲ ਮੰਨ ਗਿਆ ਰੇਟ ਤਾਂ ਘੱਟ ਵੱਧ ਹੁੰਦੇ ਰਹਿੰਦੇ ਆ ਪਰ ਇਹ ਪ੍ਰਿੰਟ ਗਾਗਣ ਤੇ 1013 5 ਕਿਲੋ ਤੇ ਹਨਾ ਤੇ ਤੁਸੀਂ 720 ਦਾ ਦੇ ਰਹੇ ਹੋ ਬਾਈ ਇਹਦਾ ਆਇਆ ਬਾਈ 2-250 ਰੁਪਏ ਦਾ ਫਰਕ ਪੈ ਗਿਆ ਉਹ ਤਾਂ ਪੈਂਦੀ ਪੈਂਦਾ ਬਾਈ ਹੁਣ ਜਿਵੇਂ 720 ਆ ਕੱਲ ਨੂੰ ਇਹਦਾ ਰੇਟ ਆ 700 ਤੇ ਵੀ ਆ ਸਕਦਾ ਹੈ 680 ਤੇ ਉਹ ਕਰਨਾ ਪੈਂਦਾ ਸਾਨੂੰ ਠੀਕ ਹੈ ਹੁਣ ਆਇਆ ਅੱਜ 720 ਇਹ ਕੱਲ ਨੂੰ ਰੇਟ ਘੱਟ ਜੂ ਮੈਂ ਘਟਾਉਣਾ ਪਊ ਮੈਨੂੰ ਚਾਹੇ ਮੈਨੂੰ ਉਹ ਰੇਟ ਦੇਣਾ ਪੈ ਜੇ ਹਾਂ ਹਾਂ ਜਿਹੜਾ ਚੱਕਿਆ ਕਮਾਲ ਦੀ ਗੱਲ ਹੈ ਬਾਈ ਆ ਗਿਆ ਸ਼ਗਨ ਦਾ ਆ ਗਿਆ 120 ਪਾ ਇਹ ਕੀ ਚੀਜ਼ ਹੈ ਇਹ ਇਹ ਡਾਟਾ ਕਿਉਂ ਅਸਰ ਡਾਟਾ ਕਿਉਂ ਆ ਗਿਆ ਤੇ ਇਹ ਤੁਸੀਂ ਦੇ ਰਹੇ ਹੋ 120 ਦਾ ਹਾਂ ਜਿਵੇਂ ਤੇ ਪ੍ਰਿੰਟ ਕਿੰਨਾ ਤੇ 100 ਤਾਂ ਹੋਰ ਹੋ ਬਾਈ 140 250 ਨਾ ਨਾ 140 140 ਪ੍ਰਿੰਟ ਆ ਠੀਕ ਹੈ ਪ੍ਰਿੰਟ 140 ਦੇ ਤੁਸੀਂ 120 ਦੇ ਰਹੇ ਹੋ ਹੈਂ ਬੈਠੇ ਬਾਕੀ ਉਹ ਜਿੰਨੇ ਆ ਸੈਂਟਰ ਸੌਂਟ ਨੇ ਬਾਈ ਜਾ ਹਾਂ 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 ਇਹ ਵੀ ਦਿਖਾ ਯਾਰ ਸਾਰੇ ਹੁਣ ਇਹਨਾਂ ਚ ਹੀ ਲਾੜਾ ਇਹ ਤਾਂ ਮੈਂ ਵੀ ਵਾਲੇ ਲਿਆਉਣਾ ਹੁੰਦਾ ਮਤਲਬ ਆ ਦੱਸ ਚੱਲ ਮੈਨੂੰ ਇੱਕ ਮਿੰਟ ਇਹ ਵੀ ਦੇ ਜੋ ਤਾਂ ਆਪਣੇ ਕੋਲ ਗੱਡੀ ਜਾ ਹੀ ਪਿਆ ਨਾ ਓਏ ਹਨਾ ਇਹਦਾ ਰੇਟ ਦੇਖੀ ਕਿੰਨਾ ਬਾਈ ਤੈਨੂੰ ਪ੍ਰਿੰਟਡ 210 ਹੈ ਹਾਂ 160 ਦਾ ਦਿੰਦਾ ਮੈਂ ਉਹ ਤੇਰੀ ਉਹ ਮੈਂ ਖੁਦ 200 ਨੂੰ ਮਰਵਾ ਕੇ ਆਇਆ ਪੱਕੀ ਗੱਲ ਹੈ ਪੱਕੀ ਗੱਲ ਹੈ ਮੇਰੇ ਕੋਲ ਗੱਡੀ 'ਚ ਪਿਆ ਪੱਕੀ ਤੈਨੂੰ ਦੱਸਾਂ ਗੱਲ ਦੇਖ ਜੇ ਇੱਕ ਗੱਲ ਹੋਰ ਆ ਬਾਈ ਜੇ ਮੈਨੂੰ ਮਗਰੋਂ ਚੀਜ਼ ਮਹਿੰਗੀ ਮਿਲੀ ਹੈ ਉਹਦਾ ਤਾਂ ਨਹੀਂ ਮੈਂ ਕਹਿ ਸਕਦਾ ਦੇਖ ਉਹ ਆਪਾਂ ਤੈਨੂੰ ਪਹਿਲਾਂ ਕਹਿਣੇ ਆ ਮੈਨੂੰ ਮਗਰੋਂ ਚੀਜ਼ ਮਹਿੰਗੀ ਮਿਲ ਗਈ ਉਹ ਤਾਂ ਮੈਨੂੰ ਉਹ ਜਿਹਾ ਮਾਰਜਾ ਰੱਖਣਾ ਪਊ ਹਾਂ ਮੈਨੂੰ ਕੋਈ ਬੰਦਾ ਕੋਈ ਦੇਵੇ ਮੈਂ ਤਾਂ ਨਾ ਤੂੰ ਐ ਮੰਨ ਲਾ ਬਾਈ ਯਾਰ ਆਏ ਦਾ ਜਿਹਦੇ ਕੋਲੇ ਪਧਾਵਾ ਸੀ ਰੰਧਾਵੇ ਵਾਲੀ ਮੱਸੀ ਖਾਣ ਦੀ ਅੱਛਾ ਉਹ ਜਗਦੀਪ ਰੰਧਾਵਾ ਨਹੀਂ ਕਹਿੰਦਾ ਵੀ ਮੱਸੀ ਖਾਵਾਂਗੇ ਠੀਕ ਹੈ ਜਦੋਂ ਮੱਸੀ ਕਿਵੇਂ ਲੱਗੀ ਪਹਿਲਾਂ ਇਹ ਦੱਸ ਵਧੀਆ ਆਏ ਦਾ ਭਰਾਵਾ ਮੱਸੀ ਖਾਣ ਦੀ ਤੇਰੇ ਕੋਲੋਂ ਉਹ ਕਾਫੀ ਲੈਣ ਆ ਗਿਆ ਪਾਊਚ ਠੀਕ ਹੈ ਬਾਈ ਠੀਕ ਤੇ ਆ ਤਾਂ ਮੈਂ ਕਹਿੰਦਾ ਤਾਂ ਬੜਾ ਫਾਇਦਾ ਕਰਤਾ ਯਾਰ ਆਪਣਾ ਪਚਾਨਵੇਂ ਰੁਪਏ ਆ ਤੇ ਤੁਸੀਂ ਇਹ 90 ਦਾ ਦੇ ਰਹੇ ਹੋ ਮੈਂ 90 ਦਾ ਨਾਲ ਇੱਕ ਆ ਵੀ ਆਉਂਦਾ ਤੇ ਫ੍ਰੀ ਅੱਛਾ ਆ ਫ੍ਰੀ ਆਉਂਦਾ ਨਾਲ ਨਾਲ ਦੱਸਦਾ ਨਹੀਂ ਇਹ ਕੋਈ ਦੰਦਾ ਨਹੀਂ ਹੈ ਨਾ ਦੰਦਾ ਨਹੀਂ ਬਾਈ ਮਤਲਬ ਅਗਲਾ 95 ਰੁਪਏ ਦਾ ਆ ਫੜੇ ਮੜਾ 95 ਰੁਪਏ ਦਾ ਭਰਾਵੋ ਆਪਾਂ ਨੂੰ ਕੱਲਾ ਬੰਦਾ ਆਹ ਦੇ ਦਿੰਦਾ ਦੁਕਾਨਦਾਰ ਹੈ ਨਾ ਤੇ ਬਾਈ ਕਹਿੰਦਾ ਮੈਂ ਦੇ ਦਿੰਦਾ ਇਹ 90 ਦਾ ਰਿਹਾ ਕਹਿੰਦਾ ਨਾ ਇਹਦੇ ਨਾਲ ਆਹ ਸਰਵਾਲਾ ਫ੍ਰੀ ਹੈ ਹਨਾ ਹਾਂ ਬਾਈ ਫ੍ਰੀ ਸਰਵਾਲੇ ਵਾਲੀ ਗੱਲ ਹੀ ਹੈ ਬਾਈ ਕਹਿੰਦਾ ਆਹ ਸਰਵਾਲਾ ਫ੍ਰੀ ਆ ਭਰਾਵੋ ਪਹਿਲਾਂ ਤਾਂ ਦੁਕਾਨ ਸਮਝ ਲਓ ਬਾਈ ਦੀ ਲੁੱਟ ਤੋਂ ਬਚ ਜਾਂਗੇ ਮੈਂ ਖੁਦ ਕਹਿਣਾ ਭਰਾਵਾ ਅਸੀਂ ਨਾ ਧਨੌਲਿਓਂ ਇੱਕ ਹੋਲਸੇਲ ਵਾਲੀ ਦੁਕਾਨ ਤੋਂ ਮੈਂ ਸੌਦਾ ਲਿਆਉਂਦਾ ਹੁੰਦੀ ਮੈਨੂੰ ਐਂ ਹੁੰਦਾ ਸੀ ਵੀ ਹੋਲਸੇਲ ਵਾਲਾ ਸਸਤਾ ਲਾਉਂਦਾ ਪਰ ਤੂੰ ਐਂ ਲਾ ਵੀ ਹੋਲਸੇਲ ਵਾਲੇ ਨੇ ਤਾਂ ਰਿਟੇਲਰ ਥੋੜ੍ਹੀ ਜਿਹਾ ਡੀਲਰ ਥੋੜ੍ਹੀ ਖਰਾਬ ਕਰਨੇ ਹੈ ਹਾਂ ਹਾਂ ਹੁਣ ਆਹ ਪਾਊਡਰ ਆ ਗਿਆ ਬਾਈ ਹਾਂ ਪਾਉਂਡਸ ਦਾ ਹਾਂ ਠੀਕ ਹੈ 350 ਹੈ ਪ੍ਰਿੰਟ ਇੱਕ ਮਿੰਟ 24 ਤੱਕ ਡੇਟ ਆ ਕੋਈ ਐਂ ਵੀ ਚੱਕਰ ਨਹੀਂ 350 ਪ੍ਰਿੰਟ ਹਾਂ 24 ਤੱਕ ਡੇਟ ਆ ਨਾ ਹਾਂ 285 ਦਾ ਚਾਹੇ ਮੈਂ 300-350 ਦਾ ਦੇਈ ਜਾਵੇ ਕੋਈ 25 ਦਾ ਵੀ ਦੇ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਤਾਂ ਵੀ ਓਕੇ ਜੀ ਹਾਂ ਹਾਂ ਸਾਬਣਾਂ ਦਾ ਹੋ ਗਿਆ ਬਾਈ ਜਿਵੇਂ ਹੁਣ ਲਾਈਵ ਹਾਂ ਸਾਬਣ ਵੀ ਦਿਖਾਵੇ ਲਕਸ ਹਾਂ ਜਿਵੇਂ ਲਕਸ ਸਾਬਣ ਹੈ 155 ਹਾਂ 150 ਹੀ ਦਿੰਦਾ ਬਾਈ ਕੋਈ ਮਰਜ਼ੀ ਤੁਸੀਂ ਇਹਦੇ ਉੱਤੇ ਲਿਖ ਕੇ 130 ਦੀ ਹਾਂ ਬਾਈ 130 ਦੀਆਂ ਇਹ ਹੋ ਗਈਆਂ 5 ਬਾਈ 1-2-3-4-5 ਜੋ ਤੇਰੀ ਮੰਮੀ ਨੂੰ ਪੁੱਛ ਓਏ ਵੀ ਸਮਾਨ ਸਮੂਨ ਘਰ ਵਾਸਤੇ ਕੁਛ ਲੈ ਕੇ ਆਉਣਾ ਨਾ ਹੈਗਾ ਬਾਈ ਤੋਂ ਹੋਰ ਲੈ ਕੇ ਚੱਲੀਏ ਆਪਾਂ ਨਾ ਨਾ ਕੋਈ ਗੱਲ ਨਹੀਂ ਤੂੰ ਐਂ ਕਰ ਲੈ ਭਰਾ ਮੈਂ ਲਾਦਾ ਫੋਨ ਤੇਰੀ ਮੰਮਾ ਨੂੰ ਪੁੱਛ ਵੀ ਅਸੀਂ ਪਰਚੂਨ ਵਾਲੀ ਦੁਕਾਨ ਤੇ ਖੜੇ ਆ ਵੀ ਸਮਾਨ ਬਾਲਾ ਸਸਤਾ ਵੀ ਕੁਛ ਲੈ ਕੇ ਆਉਣ ਵਾਲਾ ਹੈਗਾ ਤੇ ਹੋਰ ਕੋਈ ਚੀਜ਼ ਬਾਈ ਆਪਣੇ ਵੀਰਾਂ ਨੂੰ ਜਿਹੜੀ ਦਿਖਾਉਣ ਵਾਲੀ ਜਿਹੜੀ ਵੱਧ ਚੱਲਦੀ ਆ ਹਨਾ ਆਪਣੇ ਬਾਈਆਂ ਨੂੰ ਫਾਇਦਾ ਹੋ ਚੱਲਦੇ ਤਾਂ ਬਾਈ ਹੁਣ ਤੇ ਸਾਹਮਣੇ ਸਾਰੀ ਨੇ ਜਿਹੜੀ ਆ ਤਾਂ ਹੁਣ ਆਹ ਚੀਜ਼ਾਂ ਆ ਗਈਆਂ 10 ਵਾਲੀਆਂ ਆ ਗਈਆਂ ਬਾਈ ਇਹ ਤਾਂ ਹੁਣ ਹੋਈ ਜਿਵੇਂ ਆਹ 100 ਦਾ ਇਹ ਵੀ ਵਿੱਚ ਲਾਈ ਜਾਂਦੇ ਨੇ ਜਿਵੇਂ ਹੁਣ ਇਹਦਾ ਰੇਟ 52 ਹੈ ਬਾਈ ਠੀਕ ਹੈ ਇਹ ਆਪਾਂ 45 ਦਾ ਦਿੰਦੇ ਹਾਂ 45 ਠੀਕ ਹੈ ਇੱਕ ਆਹ ਵਾਲਾ ਚੱਲਦਾ ਹੁੰਦਾ ਬਾਈ ਯਾਰ ਘਰਾਂ ਦੇ ਵਿੱਚ ਹਨਾ ਈਜ਼ੀ ਬਾਈ ਹਾਂ ਇਹ ਕੀ ਪ੍ਰਿੰਟ ਕਹਿੰਦੇ ਨੇ ਇਹ ਪ੍ਰਿੰਟ ਰੇਟ ਹੀ ਦਿੰਦਾ ਅਗਲਾ ਪ੍ਰਿੰਟ ਕਹਿੰਦੇ 205 ਹੈ ਬਾਈ ਇਹ ਤੇ 205 ਮੈਂ 180 ਦਿੰਦਾ ਬਸ 180 ਹਾਂ ਬਾਈ ਜੀ ਜੇ ਬਾਈ ਜਿਵੇਂ ਮੈਨੂੰ ਮੂਹਰੋਂ ਮਿਲਦਾ ਨਾ ਸਮਾਨ ਉਹ ਜਿਹਾ ਮਾਰਜਨ ਰੱਖ ਲੈਣਾ ਆਪਾਂ ਉਹ ਚੀਜ਼ ਨਹੀਂ ਜਿਹ 'ਚ ਨਹੀਂ ਹੈਗਾ ਆਪਾਂ ਕੋਈ ਚੱਕਰ ਨਹੀਂ ਉਹਦੇ ਫਿਰ ਹੋ ਜਾਂਦਾ ਕਹਿੰਦਾ ਕਮਾਲ ਦੀ ਗੱਲ ਹੈ ਯਾਰ ਜੋ ਤਾਂ ਫੜਾਈ ਮੇਰੀ ਗੱਲ ਕਰਵਾਈ ਚੱਕਿਆ ਨਹੀਂ ਹੈਗਾ ਕੋਈ ਗੱਲ ਨਹੀਂ ਹੋਈ ਹੁਣ ਜਿਵੇਂ ਆਹ ਆ ਗਈ ਬਾਈ ਸਾਬਣ ਹਾਂ ਬਾਈ ਇਹ ਸਾਬਣ ਦਾ ਰੇਟ ਹੈਗਾ 64 ਰੁਪਏ ਆਪਾਂ ਦਿੰਦੇ ਹਾਂ 55 ਰੁਪਏ ਨਿੰਮ ਵਾਲੀ ਸਾਬਣ ਵਾਜਦੇ ਜਿਹੜੀ ਅੱਛਾ ਹਾਂ ਕਮਾਲ ਇਹ ਨਿੰਮ ਵਾਲੀ ਸਾਬਣ ਦੇ ਫਾਇਦੇ ਕੀ ਨੇ ਮੰਨ ਲਾ ਬਸ ਜਿਹੜਾ ਹੁਣ ਪੁਰਾਣੀ ਚੱਲਦੀ ਦੀ ਬਾਈ ਜਿਵੇਂ ਆ ਪੁਰਾਣੇ ਲੋਕ ਵਰਤੇ ਨਿੰਮੇ ਸਾਬਣ ਬਣਾਉਂਦੇ ਇੱਕ ਮੈਨੂੰ ਐ ਦੱਸ ਮੰਨ ਲਾ ਵੀ ਜਿਵੇਂ ਅਸੀਂ ਤੇਰੀ ਵੀਡੀਓ ਪਾਵਾਂਗੇ ਤੈਨੂੰ ਕੋਈ ਕੰਪਨੀਆਂ ਵੱਲੋਂ ਮਾਲ ਮੂਲ ਮਿਲਣ ਦੀ ਤਾਂ ਨਹੀਂ ਦਿੱਕਤ ਹੁੰਦੀ ਜਿਵੇਂ ਕਈ ਵਾਰ ਅਸੀਂ ਕਿਸੇ ਸਪਰੇਹਾਂ ਦੀ ਵੀਡੀਓ ਪਾਉਂਦੇ ਹੁੰਦੇ ਸੀਗੇ ਸਪਰੇਹਾਂ ਵਾਲੇ ਕੰਟਰੋਲ ਰੇਟ ਤੇ ਪਾਉਂਦੇ ਹੁੰਦੇ ਗਾਹਾਂ ਕੰਪਨੀ ਵਾਲੇ ਉਹਨੂੰ ਮਾਲ ਦੇਣੋਂ ਹਟ ਜਾਂਦੇ ਤੁਹਾਡੇ ਕੰਮ 'ਚ ਕੋਈ ਐਂ ਦਿੱਕਤ ਨਹੀਂ ਹੈਗਾ ਨਾ ਬਾਈ ਆਪਾਂ ਨੂੰ ਕੋਈ ਦਿੱਕਤ ਵਾਲੀ ਨਹੀਂ ਦੇਖ ਨਾ ਬਿਲਕੁਲ ਬਾਈ ਤੁਹਾਨੂੰ ਮੈਂ ਬਾਈ ਦੀ ਲੋਕੇਸ਼ਨ ਦਿਖਾ ਦਿੰਦਾ ਭਰਾਵੋ ਇੱਕ ਵਾਰੀ ਦੁਬਾਰੇ ਫੇਰ ਬਹਾਦਰਪੁਰ ਬੱਸ ਅੱਡੇ ਦੇ ਕੋਲੇ ਆਹ ਲਾ ਲੈਣ ਬਹਾਦਰਪੁਰ ਬੱਸ ਅੱਡੇ ਦੇ ਕੋਲੇ ਭਰਾਵੋ ਤੇ ਜਿੱਥੇ ਜਿੰਮ ਆ ਗਈ ਹਨਾ ਤੇ ਜਿੰਮ ਦੇ ਨਾਲ ਹੀ ਜਮਾਂ ਭਰਾਵੋ ਬਾਈ ਦੀ ਦੁਕਾਨ ਹੈ ਤੇ ਇੱਧਰਲੇ ਪਾਸੇ ਠੇਕਾ ਜਿੱਥੇ ਕਹਿੰਦੇ ਵੀ ਆਥਣ ਵੇਲੇ ਸਾਰਾ ਪਿੰਡ ਸ਼ਰਾਬੀ ਹੁੰਦਾ ਹੈ ਤੇ ਆ ਗਈ ਬਾਈ ਦੁਕਾਨ
ਉੱਪਰ ਭਰਾਵੋ ਜਮਾਂ ਅਤੇ ਜਮਾਂ ਮੇਨ ਰੋਡ ਦੇ ਉੱਪਰ ਆ ਗਈ ਜਿੱਥੇ ਬਾਈ ਦਾ ਬੋਰਡ ਵੀ ਲੱਗਿਆ ਪਿਆ ਹੈਗਾ ਸਰਦਾਰ ਅਮਰ ਸਿੰਘ ਕਰਿਆਨਾ ਸਟੋਰ ਸਰਦਾਰ ਅਮਰ ਸਿੰਘ ਕਰਿਆਨਾ ਸਟੋਰ ਸ਼ਾਮ ਦਾ ਸਮਾਂ ਹੋਇਆ ਪਿਆ ਥੋੜ੍ਹਾ ਧੁੰਦਲਾ ਧੁੰਦਲਾ ਹੋਵੇਗਾ ਹੈ ਨਾ ਉਹ ਸਾਹਮਣੇ ਬਹਾਦਰਪੁਰ ਦਾ ਬੱਸ ਅੱਡਾ ਅਤੇ ਇੱਧਰਲੇ ਪਾਸੇ ਬਾਈ ਹੋਰਾਂ ਦੀ ਜਿਹੜੀ ਹੈਗੀ ਆ ਦੁਕਾਨ ਹੈ ਅਤੇ ਜ਼ਰੂਰ ਆਇਓ ਬਾਈ ਹੈ ਨਾ ਅਤੇ ਵੀਰ ਕੋਲੋਂ ਦੁਕਾਨ 'ਤੇ ਆ ਕੇ ਜਿਹੜੀ ਗੱਲ ਆ ਬਾਈ ਸਮਾਨ ਲੈ ਕੇ ਜਾਇਓ ਧੰਨਵਾਦ ਮਿਹਰਬਾਨੀ ਥੈਂਕ ਯੂ ਲਵ ਯੂ ਆਲ।